ਜੇਕਰ ਤੁਸੀਂ ਹਰ ਰੋਜ਼ ਆਪਣੇ ਪੈਰ ਦੀ ਤਲੀਆਂ ਦੀ ਦੇਸੀ ਘਿਓ ਦੇ ਨਾਲ ਮਾਲਿਸ਼ ਕਰਦੇ ਹੋ ਤਾਂ ਉਸ ਦੇ ਨਾਲ ਤੁਹਾਨੂੰ ਕੀ ਫਾਇਦੇ ਮਿਲਣਗੇ, ਇਹ ਅੱਜ ਦੀ ਵੀਡੀਓ ਦੇ ਜ਼ਰੀਏ ਤੁਹਾਨੂੰ ਦੱਸਣ ਜਾ ਰਹੀ ਹਾਂ। ਵੀਡੀਓ ਔਰ ਇੱਕ ਜਾਣਕਾਰੀ ਬਹੁਤ ਹੀ ਖਾਸ ਰਹਿਣ ਵਾਲੀ ਹੈ, ਕਿਉਂਕਿ ਅਗਰ ਤੁਸੀਂ ਆਪਣਾ ਰੂਟੀਨ ਡੇਲੀ ਦਾ ਬਣਾ ਲੈਂਦੇ ਹੋ ਤਾਂ ਤੁਸੀਂ ਦੇਖੋਗੇ ਕਿ ਤੁਸੀਂ ਆਪਣੇ ਬਹੁਤ ਸਾਰੇ ਹੈਲਥ ਇਸ਼ੂਜ਼ ਤੋਂ ਛੁਟਕਾਰਾ ਪਾ ਲਿਆ। ਤਾਂ ਫਟਾਫਟ ਸ਼ੁਰੂ ਕਰਦੇ ਹਾਂ ਇਹ ਵੀਡੀਓ ਦੀ ਜਾਣਕਾਰੀ ਕਿ ਪੈਰਾਂ ਦੀ ਤਲੀਆਂ ਹੇਠਾਂ ਦੇਸੀ ਘਿਓ ਦੇ ਲਗਾਉਣ ਦੇ ਨਾਲ, ਮਾਲਿਸ਼ ਕਰਨ ਦੇ ਨਾਲ ਕਿਹੜੇ ਕਿਹੜੇ ਹੈਲਥ ਇਸ਼ੂਸ ਤੋਂ ਤੁਹਾਨੂੰ ਛੁਟਕਾਰਾ ਮਿਲਣ ਵਾਲਾ। ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ, ਜਿਨ੍ਹਾਂ ਨੂੰ ਵੀ ਨੀਂਦ ਨੂੰ ਲੈ ਕੇ ਕੋਈ ਪ੍ਰੋਬਲਮ ਚੱਲ ਰਹੀ ਹੈ, ਨੀਂਦ ਆਉਂਦੀ ਹੀ ਨਹੀਂ ਹੈ ਜਾਂ ਬਹੁਤ ਡਿਸਟਰਬ ਨੀਂਦ ਆਉਂਦੀ ਹੈ, ਥੋੜ੍ਹੀ ਬਹੁਤ ਨੀਂਦ ਆਉਂਦੀ ਹੈ ਪਰ ਸੋ ਕੇ ਵੀ ਮਾਇੰਡ ਜੋ ਹੈ ਰਿਲੈਕਸ ਨਹੀਂ ਹੋ ਪਾਉਂਦਾ, ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਅਗਰ ਆਪਣੇ ਪੈਰਾਂ ਦੀ ਤਲੀਆਂ ਦੇ ਵਿੱਚ ਥੋੜ੍ਹੇ ਜਿਹੇ ਕੋਸੇ ਜਿਹੇ ਦੇਸੀ ਘਿਓ ਦੇ ਨਾਲ ਮਾਲਿਸ਼ ਕਰਦੇ ਹੋ ਤਾਂ ਤੁਸੀਂ ਦੇਖੋਗੇ ਤੁਹਾਨੂੰ ਨੀਂਦ ਬਹੁਤ ਚੰਗੀ ਆਏਗੀ। ਉਹਦੇ ਪਿੱਛੇ ਦਾ ਰੀਜ਼ਨ ਕੀ ਹੈ ਉਹ ਵੀ ਤੁਸੀਂ ਜ਼ਰੂਰ ਸਮਝ ਲਓ, ਕਿਉਂਕਿ ਉਸ ਦੇ ਨਾਲ ਤੁਹਾਡੀ ਬਲੱਡ ਸਰਕੂਲੇਸ਼ਨ ਅੱਛੀਆਂ ਹੋ ਜਾਂਦੀ ਹੈ, ਤੁਹਾਡੇ ਜਦੋਂ ਬਲੱਡ ਸਰਕੂਲੇਸ਼ਨ ਵਧੀਆ ਹੋਏਗੀ ਤਾਂ ਤੁਹਾਨੂੰ ਤੁਸੀਂ ਰਿਲੈਕਸ ਫੀਲ ਕਰੋਗੇ ਔਰ ਤੁਹਾਡਾ ਮਾਇੰਡ ਜੋ ਹੈ ਥੋੜ੍ਹਾ ਕੂਲ ਹੋਣਾ ਸ਼ੁਰੂ ਹੋਏਗਾ, ਕਿਉਂਕਿ ਜਿਹੜਾ ਸਟ੍ਰੈਸ ਦੇ ਕਰਕੇ ਵੀ ਕਈ ਵਾਰ ਮਾਸਪੇਸ਼ੀਆਂ ਬਹੁਤ ਜਕੜੀਆਂ ਜਿਹੀਆਂ ਫੀਲ ਹੁੰਦੀਆਂ, ਤੇ ਜਦੋਂ ਅਸੀਂ ਪੈਰਾਂ ਤੋਂ ਹੀ ਮਾਲਿਸ਼ ਕਰਕੇ ਆਪਣੀ ਬਲੱਡ ਸਰਕੂਲੇਸ਼ਨ ਨੂੰ ਸਹੀ ਕਰਦੇ ਹਾਂ ਤਾਂ ਤੁਹਾਡੀ ਇੱਥੇ ਨੀਂਦ ਜੋ ਹੈ ਬਹੁਤ ਚੰਗੀ ਹੋਣ ਵਾਲੀ ਹੈ। ਅੱਗੋਂ ਗੱਲ ਕਰੀਏ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਦੀ ਪ੍ਰੋਬਲਮ ਹੈ ਜਾਂ ਕਿਤੇ ਨਾ ਕਿਤੇ ਸੋਜਿਸ਼ ਹੋ ਜਾਂਦੀ ਹੈ ਦਰਦਾਂ ਕਰਕੇ, ਗੋਡਿਆਂ ਦੇ ਵਿੱਚ ਦਰਦ ਹੋ ਜਾਂਦੀ ਹੈ, ਸੋਜਿਸ਼ ਹੋ ਜਾਂਦੀ ਹੈ, ਜਾਂ ਹੱਥਾਂ ਦੀ ਉਂਗਲੀਆਂ ਤੇ ਜਿਨ੍ਹਾਂ ਦੇ ਦਰਦ ਨਾਲ ਸੋਜਿਸ਼ ਹੋ ਜਾਂਦੀ ਹੈ, ਉਹ ਵੀ ਅਗਰ ਆਪਣੇ ਪੈਰਾਂ ਦੀ ਤਲੀਆਂ ਦੀ ਦੇਸੀ ਘਿਓ ਦੇ ਨਾਲ ਮਾਲਿਸ਼ ਕਰਦੇ ਨੇ ਤਾਂ ਤੁਸੀਂ ਆਪਣੇ ਜੋੜਾਂ ਦੇ ਦਰਦ ਵਿੱਚ ਵੀ ਰਾਹਤ ਪਾਓਗੇ ਔਰ ਸਭ ਤੋਂ ਜ਼ਿਆਦਾ ਜਿੱਥੇ ਵੀ ਕਿਤੇ ਤੁਹਾਡੇ ਸੋਜਿਸ਼ ਹੋ ਰਹੀ ਹੈ ਨਾ, ਉੱਥੇ ਵੀ ਤੁਹਾਨੂੰ ਇਸ ਦੇ ਨਾਲ ਰਾਹਤ ਜ਼ਰੂਰ ਮਿਲਣ ਵਾਲੀ ਹੈ। ਅਗਲੀ ਆਪਾਂ ਗੱਲ ਕਰ ਲਈਏ ਪਾਚਨ ਕਿਰਿਆ ਦੇ ਵਿੱਚ ਵੀ ਤੁਹਾਨੂੰ ਇਸ ਤੋਂ ਬਹੁਤ ਮਦਦ ਮਿਲੇਗੀ। ਹਾਲਾਂਕਿ ਕਈ ਸੋਚਦੇ ਨੇ ਕਿ ਪਾਚਨ ਕਿਰਿਆ ਵਿੱਚ ਅਗਰ ਪ੍ਰੋਬਲਮ ਚੱਲ ਰਹੀ ਹੈ ਜਾਂ ਤਾਂ ਅਸੀਂ ਖਾਣ ਵੱਲ ਹਮੇਸ਼ਾ ਸਾਨੂੰ ਫੋਕਸ ਕਰਨਾ ਹੀ ਚਾਹੀਦਾ, ਸਹੀ ਹੈਲਦੀ ਚੀਜ਼ਾਂ ਖਾਓ। ਕਈ ਵਾਰੀ ਕਈ ਤਾਂ ਐਂਟਾਸਿਡ ਦੇ ਉੱਪਰ ਹੀ ਪੂਰੀ ਤਰ੍ਹਾਂ ਨਾਲ ਡਿਪੈਂਡੈਂਟ ਹੋ ਜਾਂਦੇ ਨੇ ਕਿ ਕੋਈ ਪ੍ਰੋਬਲਮ ਆਈ ਐਂਟਾਸਿਡ ਪੀਓ, ਲੇਕਿਨ ਅਗਰ ਤੁਸੀਂ ਰੈਗੂਲਰਲੀ ਆਪਣੇ ਪੈਰਾਂ ਦੀ ਤਲੀਆਂ ਦੀ ਦੇਸੀ ਘਿਓ ਦੇ ਨਾਲ ਮਾਲਿਸ਼ ਕਰਦੇ ਹੋ, ਇਸ ਦੇ ਨਾਲ ਵੀ ਜਿਨ੍ਹਾਂ ਨੂੰ ਗੈਸ, ਐਸਿਡਿਟੀ, ਬਲੋਟਿੰਗ ਦੀ ਪ੍ਰੋਬਲਮ ਰਹਿੰਦੀ ਹੈ, ਉਸ ਪ੍ਰੋਬਲਮ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਏਗਾ। ਅੱਖਾਂ ਦੀ ਰੋਸ਼ਨੀ ਨੂੰ ਲੈ ਕੇ ਜਿਨ੍ਹਾਂ ਨੂੰ ਨਜ਼ਰ ਦੀ ਕੋਈ ਪ੍ਰੋਬਲਮ ਚੱਲ ਰਹੀ ਹੈ, ਉਹ ਵੀ ਅਗਰ ਡੇਲੀ ਆਪਣੇ ਪੈਰਾਂ ਦੀ ਤਲੀਆਂ ਦੀ ਦੇਸੀ ਘਿਓ ਦੇ ਨਾਲ ਮਾਲਿਸ਼ ਕਰਦੇ ਨੇ, ਤਾਂ ਦੇਖੋ ਸਾਰੀ ਸਾਡੀ ਬਾਡੀ ਬਲੱਡ ਸਰਕੂਲੇਸ਼ਨ ਦੇ ਉੱਪਰ ਹੀ ਟਿਕੀ ਹੋਈ ਹੈ। ਜਦੋਂ ਸਾਡੇ ਆਰਗਨਸ ਨੂੰ ਸਹੀ ਤਰੀਕੇ ਨਾਲ ਬਲੱਡ ਮਿਲਦਾ ਹੈ, ਬਲੱਡ ਦੇ ਥਰੂ ਆਕਸੀਜਨ ਮਿਲਦੀ ਰਹਿੰਦੀ ਹੈ, ਤਾਂ ਉਹ ਸਾਡੇ ਆਰਗਨਸ ਚੰਗਾ ਕੰਮ ਕਰਦੇ ਰਹਿੰਦੇ ਨੇ, ਤੇ ਜਿੱਥੇ ਥੋੜੀਆਂ ਸਾਡੀਆਂ ਜਿਹੜੀਆਂ ਬਲੱਡ ਸਰਕੂਲੇਸ਼ਨ ਵਿੱਚ ਕਮੀ ਕਿਉਂ ਆਉਂਦੀ, ਜਦੋਂ ਥੋੜੀ ਸਾਡੀ ਜਿਹੜੀ ਮਸਲਸ ਨੇ ਜਾਂ ਜਿਹੜੀ ਖੂਨ ਸਪਲਾਈ ਕਰਨ ਵਾਲੀ ਸਾਡੀ ਮਾਸਪੇਸ਼ੀਆਂ ਨੇ, ਆਪਾਂ ਕਹਿ ਸਕਦੇ ਹਾਂ ਨਸਾਂ ਨੇ, ਉਹ ਜਦੋਂ ਥੋੜੀਆਂ ਸਮੂਥ ਵਰਕਿੰਗ ਨਹੀਂ ਕਰ ਰਹੀਆਂ ਹੁੰਦੀਆਂ ਤਾਂ ਸਾਡੇ ਉਸ ਆਰਗਨ ਨੂੰ ਲੈ ਕੇ ਪ੍ਰੋਬਲਮ ਆਉਣ ਲੱਗਦੀ ਹੈ, ਤਾਂ ਫਿਰ ਪੈਰਾਂ ਦੀ ਤਲੀਆਂ ਦਾ ਬਹੁਤ ਖਾਸ ਰੋਲ ਹੈ ਆਯੁਰਵੇਦ ਦੇ ਵਿੱਚ। ਤਾਂ ਖਾਸ ਤੌਰ ਤੇ ਇਸ ਉੱਪਰ ਬੜੀ ਹੀ ਵਿਧੀਆਂ ਵੀ ਬਣਾਈਆਂ ਗਈਆਂ ਨੇ ਜਿਸ ਦੇ ਅਕੋਰਡਿੰਗਲੀ ਟ੍ਰੀਟਮੈਂਟ ਵੀ ਕੀਤੇ ਜਾਂਦੇ ਨੇ। ਸੋ ਪਹਿਲਾਂ ਤਾਂ ਬਜ਼ੁਰਗ, ਪੁਰਾਣੇ ਬਜ਼ੁਰਗ ਜੋ ਹੈ ਹਮੇਸ਼ਾ ਹੀ ਰਾਤ ਨੂੰ ਜਾਂ ਦਿਨ ਵਿੱਚ ਕਿਸੇ ਵੀ ਟਾਈਮ ਆਪਣੇ ਪੈਰਾਂ ਦੀ ਤਲੀਆਂ ਦੀ ਮਾਲਿਸ਼ ਦੇਸੀ ਘਿਓ ਦੇ ਨਾਲ ਜ਼ਰੂਰ ਕਰਦੇ ਹੀ ਕਰਦੇ ਸੀ ਜਾਂ ਫਿਰ ਸਰੋਂ ਦੇ ਤੇਲ ਨਾਲ ਕਰਦੇ ਸੀ, ਤਾਂ ਤੁਸੀਂ ਸਮਝਦੇ ਹੋ, ਜਾਣਦੇ ਹੀ ਹੋ ਕਿ ਪਹਿਲੇ ਬਜ਼ੁਰਗਾਂ ਦੀ ਅੱਖਾਂ ਦੀ ਰੋਸ਼ਨੀ ਕਿੰਨੀ ਤੇਜ਼ ਹੁੰਦੀ ਸੀ, ਬਹੁਤ ਵੱਡੀ ਉਮਰ ਤੱਕ ਵੀ ਉਹਨਾਂ ਦੀ ਨਜ਼ਰ ਕਮਜ਼ੋਰ ਨਹੀਂ ਹੁੰਦੀ ਸੀ। ਸੋ ਪਹਿਲੇ ਜਿਹੜੇ ਵੀ ਢੰਗ ਤਰੀਕੇ ਹੁੰਦੇ ਸੀ ਖੁਦ ਨੂੰ ਸਹੀ ਰੱਖਣ ਵਾਲੇ, ਅੱਜ ਅਸੀਂ ਕਿਤੇ ਨਾ ਕਿਤੇ ਉਹ ਭੁੱਲਦੇ ਜਾ ਰਹੇ ਹਾਂ, ਜਿਸ ਕਰਕੇ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਲਾਸਟ ਵਿੱਚ ਗੱਲ ਕਰਾਂ ਜਿਨ੍ਹਾਂ ਦੀ ਡਰਾਈ ਸਕਿਨ ਦੀ ਪ੍ਰੋਬਲਮ ਬਹੁਤ ਹੀ ਜ਼ਿਆਦਾ ਨਾ, ਕਈਆਂ ਦੇ ਲਿਪਸ ਬਹੁਤ ਡਰਾਈ ਰਹਿੰਦੇ ਨੇ, ਸਕਿਨ ਬਹੁਤ ਡਰਾਈ ਰਹਿੰਦੀ ਹੈ, ਤਾਂ ਉਹ ਵੀ ਅਗਰ ਡੇਲੀ ਆਪਣੇ
ਪੈਰਾਂ ਦੀ ਤਲੀਆਂ ਦੀ ਮਾਲਿਸ਼ ਜੋ ਹੈ ਦੇਸੀ ਘਿਓ ਦੇ ਨਾਲ ਤੁਸੀਂ ਕਰਨੀ ਸ਼ੁਰੂ ਕਰ ਦੋਗੇ ਤਾਂ ਹੌਲੀ ਹੌਲੀ ਦੇਖੋਗੇ ਤੁਹਾਡੀ ਡਰਾਈ ਸਕਿਨ ਦੀ ਪ੍ਰੋਬਲਮ ਵੀ ਠੀਕ ਹੋਣੀ ਸ਼ੁਰੂ ਹੋ ਜਾਏਗੀ। ਇਸ ਤੋਂ ਪਹਿਲਾਂ ਮੈਂ ਧੁੰਨੀ ਵਿੱਚ ਤੇਲ ਲਗਾਉਣ ਦੇ ਫਾਇਦੇ ਉੱਪਰ ਵੀ ਵੀਡੀਓ ਬਣਾਈ ਹੈ, ਤੁਸੀਂ ਯੂਟਿਊਬ ਚੈਨਲ ਤੇ ਔਰ ਫੇਸਬੁੱਕ ਤੇ ਵੀ ਉਹ ਵੀਡੀਓ ਦੇਖ ਸਕਦੇ ਹੋ ਕਿ ਕਿੰਨੇ ਢੇਰ ਸਾਰੇ ਫਾਇਦੇ ਹੁੰਦੇ ਨੇ ਧੁੰਨੀ ਵਿੱਚ ਤੇਲ ਲਗਾਉਣ ਦੇ ਵੀ। ਸੋ ਇਹ ਸਾਡੇ ਪੁਰਾਣੇ ਸਮੇਂ ਤੋਂ ਇਹ ਚੀਜ਼ਾਂ ਕੁਝ ਚੱਲਦੀਆਂ ਆ ਰਹੀਆਂ ਨੇ, ਅਸੀਂ ਜਦੋਂ ਇਹ ਚੀਜ਼ਾਂ ਨਹੀਂ ਅਪਣਾਉਂਦੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਸੋ ਜ਼ਰੂਰ ਤੁਸੀਂ ਵੀ ਅਪਣਾ ਕੇ ਦੇਖੋ ਇਹ ਤਰੀਕਾ, ਤਾਂ ਤੁਸੀਂ ਦੇਖੋਗੇ ਮਾਈਂਡ ਜੋ ਹੈ ਤੁਹਾਡਾ ਰਿਲੈਕਸ ਹੋਣ ਵਾਲਾ ਹੈ, ਬਾਡੀ ਖੁਦ ਨੂੰ ਜੋ ਹੈ ਅੱਛਾ ਫੀਲ ਕਰਨ ਵਾਲੀ ਹੈ, ਬਲੱਡ ਸਰਕੂਲੇਸ਼ਨ ਸਹੀ ਰਹਿਣ ਵਾਲਾ ਹੈ। ਜਿਨ੍ਹਾਂ ਦਾ ਬੀਪੀ ਲੋ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਦੇ ਵੀ ਬਲੱਡ ਪ੍ਰੈਸ਼ਰ ਜੋ ਹੈ ਬਿਲਕੁਲ ਨੋਰਮਲ ਹੋਣ ਵਾਲਾ ਹੈ। ਸੋ ਅਪਣਾਓ ਜ਼ਰੂਰ, ਸਾਰੇ ਘਰਦਿਆਂ ਨੂੰ ਹੀ, ਬੱਚੇ ਹੋਣ ਵੱਡੇ ਹੋਣ, ਸਭ ਨੂੰ ਹੀ ਇਹ ਤਰੀਕੇ ਜ਼ਰੂਰ ਅਪਣਾਉਣੇ ਚਾਹੀਦੇ ਨੇ ਔਰ ਤਾਂ ਕਿ ਤੁਸੀਂ ਸਿਹਤਮੰਦ ਜ਼ਿੰਦਗੀ ਆਪਣੀ ਜੋ ਹੈ ਬਿਤਾ ਸਕੋ। ਵੀਡੀਓ ਅੱਜ ਦੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ, ਕਮੈਂਟ ਕਰਕੇ ਵੀ ਦੱਸਣਾ, ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਦਿਓ, ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ। ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਸਤਿ ਸ਼੍ਰੀ ਅਕਾਲ।